ਨਮਸਕਾਰ ਜੀ, ਮੈਂ ਐਸਟ੍ਰੋ ਮੀਨਾਕਸ਼ੀ ਚੋਪੜਾ ਖਮਾਣੋ ਤੋਂ ਫਿਰ ਤੋਂ ਲੈ ਕੇ ਆਏ ਹਾਂ ਇਸ ਹਫਤੇ ਦਾ ਸਪਤਾਹਿਕ ਰਾਸ਼ੀਫਲ 12 ਅਗਸਤ ਤੋਂ 18 ਅਗਸਤ 2024 ਤੱਕ ਕੀ ਕਹਿੰਦੇ ਨੇ 12 ਰਾਸ਼ੀਆਂ ਦੇ ਸਿਤਾਰੇ। ਉਸ ਤੋਂ ਪਹਿਲਾਂ ਗੱਲ ਕਰਾਂਗੇ ਇਸ ਹਫਤੇ ਦੇ ਗ੍ਰਹਿਆਂ ਦੇ ਗੋਚਰ ਦੀ। ਸੂਰਯ ਜੋ ਹੈ 16 ਤਰੀਕ ਨੂੰ 7:53 ਤੇ ਸਿੰਘ ਰਾਸ਼ੀ ਚ ਪ੍ਰਵੇਸ਼ ਕਰਨਗੇ, ਜੋ ਕਿ ਸੂਰਜ ਦੀ ਆਪਣੀ ਰਾਸ਼ੀ ਹੈ ਜਿਹਨੂੰ ਸਿੰਘ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ। ਇਹਦੇ ਨਾਲ ਹੀ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਔਰ 17 ਤਰੀਕ ਨੂੰ ਸ਼ਨੀ ਪ੍ਰਦੋਸ਼ ਵਰਤ ਇਸ ਹਫਤੇ ਮਨਾਇਆ ਜਾਏਗਾ। ਹੁਣ ਗੱਲ ਕਰਾਂਗੇ ਆਪਾਂ ਮੇਸ਼ ਰਾਸ਼ੀ ਦੀ। ਮੇਸ਼ ਰਾਸ਼ੀ ਵਾਲਿਆਂ ਲਈ ਸਿਤਾਰੇ ਬਹੁਤ ਹੀ ਅੱਛੇ ਰਹਿਣਗੇ ਇਸ ਹਫਤਾ। ਸੂਰਜ ਉਹਨਾਂ ਦੇ ਚਤੁਰੇਸ਼ ਭਾਵ ਤੋਂ ਪੰਚਮ ਭਾਵ ਦੇ ਵਿੱਚ ਪ੍ਰਵੇਸ਼ ਕਰਨਗੇ, ਜਿਹਦੇ ਨਾਲ ਉਹਨਾਂ ਨੂੰ ਕੁਝ ਐਸੇ ਆਈਡੀਆਜ਼ ਆਣਗੇ ਜਿਹਦੇ ਨਾਲ ਉਹਨਾਂ ਦੀ ਇਨਕਮ ਜਿਹੜੀ ਹੈ ਵੱਧ ਸਕਦੀ ਹੈ। ਆਈਡੀਆਜ਼ ਨੂੰ ਇੰਪਲੀਮੈਂਟ ਕਰਨਾ, ਪਲਾਨਿੰਗ ਕਰਨਾ ਇਨਕਮ ਨੂੰ ਲੈ ਕੇ ਉਹਨਾਂ ਵਾਸਤੇ ਬਹੁਤ ਅੱਛੀ ਰਹੇਗੀ। ਸੰਤਾਨ ਵੱਲੋਂ ਵੀ ਗੁੱਡ ਨਿਊਜ਼ ਉਹਨਾਂ ਨੂੰ ਸੁਣਨ ਨੂੰ ਮਿਲੇਗੀ। ਹਾਲਾਂਕਿ ਆਪਣੀ ਸਿਹਤ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਸਪਤਾਹ ਦੇ ਐਂਡ ਦੇ ਵਿੱਚ ਉਹਨਾਂ ਦੇ ਯਾਤਰਾ ਦੇ ਯੋਗ ਬਣਦੇ ਹੈ ਤੇ ਨਾਲ ਹੀ ਸਮਾਜ ਵਿੱਚ ਮਾਨ ਪ੍ਰਤਿਸ਼ਠਾ ਜਿਹੜੀ ਉਹਨਾਂ ਦੀ ਵੱਧ ਸਕਦੀ ਹੈ। ਬ੍ਰਿਖ ਰਾਸ਼ੀ ਵਾਲਿਆਂ ਵਾਸਤੇ ਇਹ ਸਪਤਾਹ ਦੀ ਸ਼ੁਰੂਆਤ ਥੋੜੀ ਜਿਹੀ ਪਰੇਸ਼ਾਨੀ ਭਰੀ ਹੋ ਸਕਦੀ ਹੈ। ਉਹਨਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਔਰ ਕਿਸੇ ਨਾਲ ਵੀ ਝਗੜਾ ਜਿਹੜਾ ਹੈ ਉਹਦੇ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਹੈ। ਹਾਲਾਂਕਿ ਵੀਕਐਂਡ ਕਾਫੀ ਅੱਛਾ ਰਹਿਣ ਵਾਲਾ ਹੈ ਜਿਹਦੇ ਵਿੱਚ ਉਹਨਾਂ ਨੂੰ ਕੋਈ ਸਸੁਰਾਲ ਪਕਸ਼ ਵੱਲੋਂ ਤੋਹਫ਼ਾ ਮਿਲ ਸਕਦਾ ਹੈ ਤੇ ਸ਼ੁਭ ਯਾਤਰਾ ਦੇ ਯੋਗ ਵੀ ਇਸ ਸਪਤਾਹ ਦੇ ਵੀਕਐਂਡ ਬਣਦੇ ਹਨ। ਮਿਥੁਨ ਰਾਸ਼ੀ ਵਾਲਿਆਂ ਵਾਸਤੇ ਇਹ ਸਪਤਾਹ ਕਾਫੀ ਅੱਛਾ ਰਹੇਗਾ ਔਰ ਸੂਰਯ ਦਾ ਗੋਚਰ ਵੀ ਸਟੂਡੈਂਟਸ ਵਾਸਤੇ ਕਾਫੀ ਹੱਦ ਤੱਕ ਅੱਛਾ ਦੇਖਿਆ ਜਾਏਗਾ। ਤੀਸਰੇ ਭਾਵ ਦੇ ਵਿੱਚ ਜਦੋਂ ਸੂਰਯ ਆਣਗੇ ਉਹਨਾਂ ਦਾ ਪਰਾਕਰਮ ਵਧੇਗਾ, ਉਹਨਾਂ ਦੀ ਕੀਤੀ ਹੋਈ ਪੁਰਾਣੀ ਮਿਹਨਤ ਦਾ ਫਲ ਉਹਨਾਂ ਨੂੰ ਮਿਲੇਗਾ ਤੇ ਨਾਲ ਹੀ ਉਹਨਾਂ ਦੇ ਪ੍ਰੇਮ ਸੰਬੰਧ ਵੀ ਅੱਛੇ ਰਹਿਣਗੇ। ਲੇਕਿਨ ਵੀਕਐਂਡ ਦੇ ਵਿੱਚ ਉਹਨਾਂ ਨੂੰ ਆਪਣੀ ਹੈਲਥ ਇਸ਼ੂਜ਼ ਜਿਹੜੀ ਆ ਉਹ ਪਰੇਸ਼ਾਨ ਕਰ ਸਕਦੀ ਹੈ, ਕੋਈ ਮਾਨਸਿਕ ਚਿੰਤਾ ਉਹਨਾਂ ਤੇ ਸਟ੍ਰੈਸ ਦਾ ਕਾਰਨ ਬਣ ਸਕਦੀ ਹੈ। ਕਰਕ ਰਾਸ਼ੀ ਵਾਲਿਆਂ ਲਈ ਇਹ ਸਪਤਾਹ ਕਾਫੀ ਅੱਛਾ ਨਜ਼ਰ ਆਉਂਦਾ ਹੈ। ਸ਼ੁਰੂਆਤ ਦੀ ਬਿਗਨਿੰਗ ਥੋੜੀ ਜਿਹੀ ਮਾਤਾ ਦੀ ਸਿਹਤ ਨੂੰ ਲੈ ਕੇ ਪਰੇਸ਼ਾਨੀ ਵਾਲੀ ਹੋ ਸਕਦੀ ਹੈ, ਮਕਾਨ ਜਾਂ ਗੱਡੀ ਤੇ ਅਚਾਨਕ ਪੈਸੇ ਲੱਗ ਸਕਦੇ ਹੈ, ਬਟ ਬਾਕੀ ਦਾ ਜਿਹੜਾ ਸਪਤਾਹ ਹੈ ਉਹ ਕਾਫੀ ਅੱਛਾ ਰਹੇਗਾ। ਇਨਕਮ ਵੱਧਦੀ ਨਜ਼ਰ ਆਉਂਦੀ ਹੈ, ਕਿਸੇ ਨਾਲ ਪਾਰਟਨਰਸ਼ਿਪ ਕਰਦੇ ਹੋ ਤਾਂ ਉਹਦੇ ਵਿੱਚ ਵੀ ਇਹਨਾਂ ਨੂੰ ਫਾਇਦਾ ਨਜ਼ਰ ਆਉਂਦਾ ਹੈ। ਸਿੰਘ ਰਾਸ਼ੀ ਵਾਲਿਆਂ ਵਾਸਤੇ ਤਾਂ ਇਹ ਹਫਤਾ ਹੀ ਨਹੀਂ ਪੂਰਾ ਮਹੀਨਾ ਹੀ ਵਧੀਆ ਰਹੇਗਾ, ਕਿਉਂਕਿ ਸਿੰਘ ਰਾਸ਼ੀ ਦੇ ਵਿੱਚ ਸਵਯਂ ਸੂਰਯ ਇੱਕ ਮਹੀਨਾ ਵਿਰਾਜਮਾਨ ਰਹਿਣਗੇ, ਜਿਹਦੇ ਨਾਲ ਉਹਨਾਂ ਨੂੰ ਨਵੀਂ ਨਵੀਂ ਓਪਰਚੁਨਿਟੀਜ਼ ਮਿਲੇਗੀ ਬਿਜ਼ਨਸ ਵਾਸਤੇ, ਬਿਜ਼ਨਸ ਪਾਰਟਨਰਸ ਵਾਸਤੇ। ਸੈਕਿੰਡਲੀ ਉਹਨਾਂ ਦੀ ਇਨਕਮ ਵਿੱਚ ਵਾਧਾ ਹੁੰਦਾ ਨਜ਼ਰ ਆਏਗਾ, ਉਹਨਾਂ ਨੂੰ ਆਪਣੀ ਸੰਤਾਨ ਪੱਖੋਂ ਵੀ ਗੁੱਡ ਨਿਊਜ਼ ਸੁਣਨ ਨੂੰ ਮਿਲੇਗੀ ਤੇ ਉਹਨਾਂ ਦਾ ਦਬਦਬਾ ਇਸ ਸਮਾਜ ਵਿੱਚ ਵੱਧਦਾ ਦਿਖੇਗਾ। ਕੰਨਿਆ ਰਾਸ਼ੀ ਵਾਸਤੇ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਦੇ ਸਿਤਾਰੇ ਥੋੜੇ ਜਿਹੇ ਗਰਦਿਸ਼ ਵਿੱਚ ਨਜ਼ਰ ਆਉਂਦੇ ਹਨ, ਕਿਉਂਕਿ ਸੂਰਯ ਜਿੱਥੇ ਆ ਰਿਹਾ ਹੈ ਉੱਥੇ ਪਹਿਲਾਂ ਤੋਂ ਹੀ ਬੁੱਧ ਸ਼ੁੱਕਰ 12ਵੇਂ ਭਾਵ ਚ ਬੈਠੇ ਹੈ ਤੇ ਨਾਲ ਸੂਰਯ ਵੀ ਵਿਰਾਜਮਾਨ ਹੋ ਜਾਣਗੇ ਤਾਂ ਉਹਨਾਂ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਨੇ, ਜਿਹਦੇ ਕਰਕੇ ਉਹਨਾਂ ਨੂੰ ਸੂਰਜ ਨੂੰ ਜਲ ਦੇਣਾ ਬਹੁਤ ਜ਼ਰੂਰੀ ਰਹੇਗਾ ਤੇ ਆਪਣੀ ਵਾਣੀ ਜਿਹੜੀ ਹੈ ਉਹ ਨਿਯੰਤਰਣ ਵਿੱਚ ਰੱਖੀ ਜਾਵੇ। ਕਿਸੇ ਨੂੰ ਵੀ ਕੋਈ ਇੱਦਾਂ ਦਾ ਪ੍ਰੋਮਿਸ ਜਾਂ ਇੱਦਾਂ ਦੀ ਡੀਲ ਨਾ ਕੀਤੀ ਜਾਵੇ ਜਿਹੜੀ ਉਹਨਾਂ ਨੂੰ ਬਾਅਦ ਵਿੱਚ ਆਪ ਹੀ ਭੁਗਤਣੀ ਪੈ ਜਾਵੇ, ਇਸ ਚੀਜ਼ ਤੋਂ ਉਹਨਾਂ ਨੂੰ ਖਿਆਲ ਰੱਖਣਾ ਹੈ। ਹਾਲਾਂਕਿ ਵੀਕਐਂਡ ਜਿਹੜਾ ਹੈ ਉਹਨਾਂ ਵਾਸਤੇ ਕੋਈ ਗੁੱਡ ਨਿਊਜ਼ ਡੈਫੀਨੇਟਲੀ ਲੈ ਕੇ ਆਏਗਾ ਤੇ ਉਹਨਾਂ ਦੀ ਪਲਾਨਿੰਗ ਸਕਸੈਸਫੁਲ ਹੋਏਗੀ। ਤੁਲਾ ਰਾਸ਼ੀ ਦੀ ਗੱਲ ਕਰਾਂਗੇ, ਤੁਲਾ ਰਾਸ਼ੀ ਵਾਲਿਆਂ ਲਈ ਇਨਕਮ ਜਿਹੜੀ ਹੈ ਬਹੁਤ ਹੀ ਵੱਧਦੀ ਨਜ਼ਰ ਆ ਰਹੀ ਹੈ, ਇਨਕਮ ਦੇ ਸੋਰਸ ਉਹਨਾਂ ਦੇ ਵੱਧਦੇ ਨਜ਼ਰ ਆ ਰਹੇ ਹੈ, ਕਿਉਂਕਿ ਉਹਨਾਂ ਦੇ ਇਕਾਦਸ਼ ਭਾਵ ਦੇ ਵਿੱਚ ਸੂਰਯ ਬੁੱਧ ਦਾ ਬੁੱਧ ਆਦਿੱਤਿਆ ਯੋਗ 16 ਤਰੀਕ ਤੋਂ ਬਣਨ ਜਾ ਰਿਹਾ ਹੈ।
ਔਰ ਉਹਨਾਂ ਦੇ ਐਸੈਟਸ ਵੀ ਬਣਦੇ ਨਜ਼ਰ ਆ ਰਹੇ ਨੇ, ਉਹ ਖਰਚਾ ਕਰਦੇ ਨਜ਼ਰ ਆਣਗੇ ਮਕਾਨ ਜਾਂ ਗੱਡੀ ਦੀ ਰੈਨੋਵੇਸ਼ਨ ਦੇ ਉੱਤੇ, ਜੋ ਕਿ ਉਹਨਾਂ ਨੂੰ ਕਾਫੀ ਫਾਇਦਾ ਦੇਗਾ ਤੇ ਸਿਬਲਿੰਗਸ ਵੱਲੋਂ ਵੀ ਉਹਨਾਂ ਨੂੰ ਕੋਈ ਗੁੱਡ ਨਿਊਜ਼ ਮਿਲ ਸਕਦੀ ਹੈ। ਵ੍ਰਿਸ਼ਚਿਕ ਵਾਲਿਆਂ ਵਾਸਤੇ ਦਸ਼ਮ ਭਾਵ ਦੇ ਵਿੱਚ ਸੂਰਯ, ਜਿਹੜੇ ਲੋਕ ਸਰਕਾਰੀ ਖੇਤਰ ਤੋਂ ਬਿਲੋਂਗ ਕਰਦੇ ਹਨ ਉਹਨਾਂ ਨੂੰ ਪ੍ਰਮੋਸ਼ਨ ਦੇ ਯੋਗ ਬਣਦੇ ਹੈ, ਜਾਂ ਜਿਨ੍ਹਾਂ ਨੇ ਕੋਈ ਸਰਕਾਰੀ ਇਗਜ਼ਾਮੀਨੇਸ਼ਨ ਦਿੱਤਾ ਹੋਇਆ ਜੋਬ ਵਾਸਤੇ, ਉਹਦੇ ਵਿੱਚ ਵੀ ਸਕਸੈਸ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਵੀਕ ਦੀ ਜਿਹੜੀ ਸ਼ੁਰੂਆਤ ਹੈ ਉਹਦੇ ਵਿੱਚ ਥੋੜਾ ਖਰਚਾ, ਪਰੇਸ਼ਾਨੀ ਜਾਂ ਹੈਡੇਕ ਦੀ ਦਿੱਕਤ ਉਹਨਾਂ ਨੂੰ ਰਹਿ ਸਕਦੀ ਹੈ, ਲੇਕਿਨ ਬਾਕੀ ਵਾਲਾ ਜਿਹੜਾ ਪਾਰਟ ਹੈ ਵੀਕ ਦਾ ਉਹ ਕਾਫੀ ਅੱਛਾ ਤੇ ਐਂਥੋਸੀਜ਼ਨ ਨਾਲ ਭਰਿਆ ਹੋਏਗਾ। ਧਨੂ ਰਾਸ਼ੀ ਦੀ ਗੱਲ ਕਰੀਏ, ਧਨੂ ਰਾਸ਼ੀ ਵਾਲਿਆਂ ਦੇ ਵਿਦੇਸ਼ ਦੇ ਯੋਗ ਤੇ ਲੰਬੀ ਯਾਤਰਾ ਦੀਆਂ ਦੂਰੀਆਂ ਵਾਲੀਆਂ ਯਾਤਰਾਵਾਂ ਉਹਨਾਂ ਨੂੰ ਕਾਫੀ ਫਾਇਦਾ ਦਿੰਦੀਆਂ ਨਜ਼ਰ ਆ ਰਹੀਆਂ ਨੇ। ਵਿਦੇਸ਼ ਦੇ ਯੋਗ ਵੀ ਉਹਨਾਂ ਦੀ ਇਸ ਮੰਥ ਵਿੱਚ ਬਣਦੇ ਨਜ਼ਰ ਆ ਰਹੇ ਨੇ। ਉਹਨਾਂ ਨੂੰ ਆਪਣਾ ਜੋ ਖਰਚਾ ਹੈ ਉਹ ਬਜਟ ਬਣਾ ਕੇ ਚੱਲਣਾ ਪਏਗਾ, ਜਿਹਦੇ ਨਾਲ ਕਿ ਉਹਨਾਂ ਦੀ ਆਰਥਿਕ ਹਾਲਤ ਜਿਹੜੀ ਹੈ ਨਾ ਵਿਗੜੇ, ਕਿਉਂਕਿ ਇੱਥੇ ਇਹ ਚੀਜ਼ ਵੀ ਦਿਖਾਈ ਦਿੰਦੀ ਹੈ ਕਿ ਮਤਲਬ ਯਾਤਰਾਵਾਂ ਦੇ ਵਿੱਚ ਉਹ ਜ਼ਰੂਰਤ ਤੋਂ ਜ਼ਿਆਦਾ ਖਰਚਾ ਕਰਦੇ ਨਜ਼ਰ ਆਉਂਦੇ ਹਨ। ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਨੂੰ ਹੈਲਥ ਇਸ਼ੂਜ਼ ਇਸ ਵੀਕ ਪਰੇਸ਼ਾਨ ਕਰ ਸਕਦੇ ਹੈ, ਉਹਨਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਸਹੁਰਿਆਂ ਦੇ ਨਾਲ ਕੋਈ ਵਾਦ ਵਿਵਾਦ ਉਹਨਾਂ ਦਾ ਹੋ ਸਕਦਾ ਹੈ ਤਾਂ ਓਨੀ ਹੀ ਗੱਲ ਕੀਤੀ ਜਾਵੇ ਜਿੰਨੀ ਕਿ ਉਹ ਡੀਲ ਕਰ ਸਕਦੇ ਹੈ। ਪਰੇਸ਼ਾਨੀ ਜਿਹੜੀ ਹੈ ਉਹਨਾਂ ਨੂੰ ਆਪਣੀ ਸਿਹਤ ਨੂੰ ਲੈ ਕੇ ਵੀ ਹੋ ਸਕਦੀ ਹੈ ਤੇ ਇਨਕਮ ਦੇ ਵਿੱਚ ਵੀ ਉਹਨਾਂ ਨੂੰ ਇੱਕ ਬਜਟ ਦੇ ਹਿਸਾਬ ਨਾਲ ਹੀ ਚੱਲਣਾ ਪਵੇਗਾ। ਜਿਹੜੇ ਖਰਚੇ ਨੇ ਉਹਨਾਂ ਦੇ ਬਜਟ ਤੋਂ ਬਾਹਰ ਜਾਂਦੇ ਦਿਖਾਈ ਦਿੰਦੇ, ਹਾਲਾਂਕਿ ਵੀਕਐਂਡ 'ਚ ਜਾ ਕੇ ਉਹਨਾਂ ਨੂੰ ਇਹਨਾਂ ਸਾਰੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਨਜ਼ਰ ਆਏਗੀ ਤੇ ਆਪਣੀ ਪਰਸਨੈਲਿਟੀ ਨੂੰ ਇੰਪਰੂਵ ਕਰਦੇ ਦਿਖਦੇ। ਕੁੰਭ ਰਾਸ਼ੀ ਵਾਲਿਆਂ ਦੇ ਸਪਤਮ ਭਾਵ ਵਿੱਚ ਸੂਰਯ ਆ ਗਏ ਨੇ ਜੀ, ਬੁੱਧ ਅਦਿੱਤੇ ਯੋਗ ਬਣਾਉਂਦੇ ਨੇ, ਜਿਹੜੇ ਕਿ ਬਿਜ਼ਨਸ ਵਾਸਤੇ ਤਾਂ ਅੱਛੇ ਹੈ ਲੇਕਿਨ ਪਤੀ ਪਤਨੀ ਦੇ ਸੰਬੰਧਾਂ ਦੇ ਵਿੱਚ ਤਕਰਾਰ ਹੋ ਸਕਦੀ ਹੈ। ਆਪਣੀ ਪਤਨੀ ਦੇ ਨਾਲ ਜਾਂ ਆਪਣੇ ਪਤੀ ਦੇ ਨਾਲ ਜਿਨ੍ਹਾਂ ਦੀ ਵੀ ਰਾਸ਼ੀ ਹੈ ਉਹ ਬਹੁਤ ਹੀ ਸਮਝਦਾਰੀ ਦੇ ਨਾਲ ਗੱਲਬਾਤ ਕਰਦੇ ਤੇ ਘਰ ਨੂੰ ਮਿਲ ਕੇ ਚਲਾਉਂਦੇ ਰਹਿਣਗੇ ਤਾਂ ਹੀ ਠੀਕ ਰਹੇਗਾ, ਨਹੀਂ ਤਾਂ ਇਸ ਟਾਈਮ ਦੇ ਵਿੱਚ ਉਹਨਾਂ ਦਾ ਵਿਵਾਦ ਵੱਧ ਸਕਦਾ ਹੈ। ਹਾਲਾਂਕਿ ਇਨਕਮ ਇਸ ਟਾਈਮ ਠੀਕ ਰਹੇਗੀ ਔਰ ਸਮਾਜ ਦਾ ਸਾਥ ਵੀ ਮਿਲਦਾ ਨਜ਼ਰ ਆਉਂਦਾ ਹੈ, ਪਰ ਵੀਕਐਂਡ ਤੇ ਉਹਨਾਂ ਦੇ ਖਰਚੇ ਜਿਹੜੇ ਹੈ ਉਹ ਜੇਬ ਤੋਂ ਜ਼ਿਆਦਾ ਹੁੰਦੇ ਦਿਖਾਈ ਦਿੰਦੇ ਹੈ। ਮੀਨ ਰਾਸ਼ੀ ਵਾਲਿਆਂ ਦੇ ਪਹਿਲਾਂ ਤੋਂ ਹੀ ਲਗਨ ਚ ਰਾਹੂ ਚੱਲ ਰਹੇ ਹੈ ਜਿਹੜੇ ਕਿ ਇਸ ਸਾਲ ਇਸੇ ਤਰ੍ਹਾਂ ਰਹਿਣਗੇ, ਔਰ 12ਵੇਂ ਸ਼ਨੀ ਚੱਲ ਕੇ ਸਾੜਸਤੀ ਬਣਾ ਰਹੇ ਨੇ। ਹੁਣ ਉਹਨਾਂ ਦੇ ਛਠ ਭਾਵ ਦੇ ਵਿੱਚ ਸੂਰਯ ਬੁੱਧ ਅਦਿੱਤੇ ਯੋਗ ਬਣਾਉਣਗੇ, ਜਿਹੜੇ ਕਿ ਸ਼ਤਰੂ ਹੰਤਾ ਦਾ ਯੋਗ ਬਣਾਉਂਦੇ ਹਨ। ਜਿਹੜੇ ਵੀ ਸ਼ਤਰੂ ਤੁਹਾਨੂੰ ਪਰੇਸ਼ਾਨ ਕਰ ਰਹੇ ਸੀ ਜਾਂ ਕੋਈ ਕੋਰਟ ਕਚਹਿਰੀ ਚੱਲ ਰਹੀ ਸੀ ਤਾਂ ਹੁਣ ਫੈਸਲਾ ਇਸ ਹਫ਼ਤੇ ਤੁਹਾਡੇ ਹੱਕ ਦੇ ਵਿੱਚ ਹੁੰਦਾ ਨਜ਼ਰ ਆਉਂਦਾ ਹੈ, ਔਰ ਇਸ ਹਫ਼ਤੇ ਯਾਤਰਾ ਕਰਨੀ ਵੀ ਤੁਹਾਡੇ ਵਾਸਤੇ ਕਾਫੀ ਸ਼ੁਭ ਰਹੇਗੀ। ਇਹਦੇ ਨਾਲ ਹੀ ਇਹ ਮਹੀਨਾ ਸਾਵਨ ਦਾ ਤੀਆਂ ਲਈ ਮੰਨਿਆ ਜਾਂਦਾ ਹੈ ਤੇ ਮੇਰੇ ਵੱਲੋਂ ਸਾਰਿਆਂ ਨੂੰ ਤੀਜ ਦੀਆਂ ਵੀ ਬਹੁਤ ਬਹੁਤ ਸ਼ੁਭ ਕਾਮਨਾਵਾਂ। ਜਿਹੜੇ ਪਰਸਨਲ ਕੰਟੈਕਟ ਕਰਕੇ ਆਪਣੀ ਕੁੰਡਲੀ ਐਨਾਲਾਈਜ਼ ਕਰਵਾਉਣਾ ਚਾਹੁੰਦੇ ਹੈ, ਸਾਡਾ ਨੰਬਰ ਹੈ 9815898175। ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਆਪਣੀ ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ। ਨਮਸਕਾਰ।